ਬੀਤੇ ਦਿਨੀ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ MLA ਅਮਿਤ ਰਤਨ ਜੀ ਦੇ ਉੱਤੇ ਜੋ ਕਿ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ, ਉਸ ਦੇ ਲਈ ਉਹਨਾਂ ਨੂੰ ਅੱਜ ਸਵੇਰ ਵਿਜੀਲੈਂਸ ਵਿਭਾਗ ਵੱਲੋਂ ਡਿਟੇਨ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਤੇ ਉਸ ਦੇ ਲਈ ਹਰਵਿੰਦਰ ਸਿੰਘ ਲਾਡੀ ਜੀ ਜੋ ਕਿ ਕਾਂਗਰਸ ਪਾਰਟੀ ਦੇ ਆ, ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਵਿਜੀਲੈਂਸ ਵਿਭਾਗ ਦੇ ਦਫ਼ਤਰ ਦੇ ਬਾਹਰ, ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਆਓ ਦੇਖਦੇ ਕੀ ਕਹਿ ਰਹੇ ਹੈ। ਅਸੀਂ ਅੱਜ ਇੱਥੇ ਇੱਕ ਬਹੁਤ ਵੱਡਾ ਕਾਂਗਰਸ ਪਾਰਟੀ ਵੱਲੋਂ ਹਲਕੇ ਦੇ ਲੋਕਾਂ ਵੱਲੋਂ ਧਰਨਾ ਲਾਉਣਾ ਸੀ ਮਿਤ ਰਤਨ ਦੀ ਗ੍ਰਿਫਤਾਰੀ ਬਾਰੇ। ਹਜ਼ਾਰਾਂ ਬੰਦਿਆਂ ਨੇ ਇੱਥੇ ਆਉਣਾ ਸੀਗਾ, ਲੇਕਿਨ ਰਾਤ ਸਰਕਾਰ ਦੇ ਉੱਤੇ ਦਬਾਅ ਇਸ ਧਰਨੇ ਦਾ ਬਹੁਤ ਪੈ ਗਿਆ। ਮੈਨੂੰ ਪ੍ਰਸ਼ਾਸਨ ਦੇ ਸਾਰੀ ਰਾਤ ਹੀ ਫੋਨ ਆਉਂਦੇ ਰਹੇ ਆ, ਔਰ ਇਹ ਦਬਾਅ ਦੇ ਕਾਰਨ ਇਹਨਾਂ ਨੇ ਮਿਤ ਰਤਨ ਨੂੰ ਰਾਤ ਅਰੈਸਟ ਕਰ ਲਿਆ। ਇਸ ਕਰਕੇ ਅਸੀਂ ਧਰਨੇ ਦਾ ਪ੍ਰੋਗਰਾਮ ਇੱਕ ਵਾਰੀ ਮੁਲਤਵੀ ਕਰਤਾ, ਔਰ ਜਿਹੜੇ ਅਸੀਂ ਕਿਸੇ ਲੋਕਾਂ ਨੂੰ ਵੈਸੇ ਦੂਰ ਦੇ ਲੋਕਾਂ ਨੂੰ ਰੋਕਤਾ ਸੀਗਾ ਉਹ ਨਹੀਂ ਆਏ, ਪਰ ਫਿਰ ਵੀ ਕੁਛ ਲੋਕ ਆ ਗਏ ਆ, ਅਤੇ ਅਸੀਂ ਇੱਕ ਮੈਮੋਰੈਂਡਮ ਦੇਣ ਵਾਸਤੇ ਵਿਜੀਲੈਂਸ ਦਫ਼ਤਰ 'ਚ ਇੱਥੇ ਪਹੁੰਚੇ ਹਾਂਗੇ। ਔਰ ਸਾਡੀ ਡਿਮਾਂਡ ਇਹ ਆ ਵੀ ਇਹ ਇੱਕ ਗਰੋਹ ਆ ਬਹੁਤ ਵੱਡਾ, ਔਰ ਇਹ ਗਰੋਹ ਦੇ ਨਾਲ ਦੇ ਬੰਦਿਆਂ ਨੂੰ ਵੀ ਅਰੈਸਟ ਕੀਤਾ ਜਾਵੇ। ਇਹਦਾ ਇੱਕ ਬਹੁਤ ਵੱਡਾ ਮਹਿਲ ਬਣ ਰਿਹਾ ਹੈ ਇੱਥੇ ਬੀੜ ਰੋਡ ਦੇ ਉੱਤੇ ਬਠਿੰਡੇ, 2400 ਗਜ਼ ਜਗ੍ਹਾ ਉਹ 5 ਕਰਾਵਾਂ, ਔਰ ਸਾਰੀ ਸ਼ਾਮਲਾਟ ਆ, ਸ਼ਾਮਲਾਟ ਜਗ੍ਹਾ ਸਾਰੀ ਉਹ। ਔਰ ਲਤੀਫਪੁਰ ਇਹਨਾਂ ਨੇ ਲੋਕਾਂ ਦੇ ਘਰ ਢਾਤੇ, ਲੋਕਾਂ ਨੇ ਠੰਡ ਦੀ ਰੁੱਤ ਦੇ ਵਿੱਚ ਬੱਚਿਆਂ ਨੇ ਛੋਟੇ ਛੋਟੇ ਰਾਤਾਂ ਕੁੱਟੀਆਂ, ਤੁਸੀਂ ਉਹਨਾਂ ਨੂੰ ਤਾਂ ਬਾਹਰ ਕੱਢਤਾ, ਤੁਹਾਡਾ ਆਪਦਾ MLA ਇੱਕ ਸ਼ਾਮਲਾਟ ਦੇ ਵਿੱਚ ਆਪਣਾ ਮਹਿਲ ਉਸਾਰ ਰਿਹਾ। ਇਹਦੇ 'ਤੇ ਇਹਦੀਆਂ ਦੋਵੇਂ ਕੋਠੀਆਂ ਪਟਿਆਲੇ ਵਾਲੀਆਂ SAMB ਹੁੰਦੀ ਆ, ਇੱਕ ਸੈਮ ਸਟੇਟ ਬੈਂਕ ਆਫ ਇੰਡੀਆ ਦੀ ਹੁੰਦੀ ਆ, ਸਟੇਟ ਬੈਂਕ ਆਫ ਇੰਡੀਆ ਜਲੰਧਰ ਤੋਂ 12.5 ਕਰੋੜ ਰੁਪਏ ਦੀ ਕੁਰਕੀ ਸੀ ਦੋਵਾਂ ਕੋਠੀਆਂ ਦੀ 3-4 ਸਾਲ ਪਹਿਲਾਂ, ਉਹ ਕੁਰਕੀ ਦੇ ਪੈਸੇ ਵੀ ਭਰਤੇ। ਤੁਸੀਂ ਮਹਿਲ ਵੀ ਪਾਈ ਜਾਂਦੇ ਆ, ਤੁਸੀਂ ਹੋਰ ਕਾਰੋਬਾਰ ਵੀ ਕਰੀ ਜਾਂਦੇ ਆ, ਤੁਹਾਡੇ ਕੋਲ ਇੰਨੇ ਕਿੰਨੇ ਪੈਸੇ ਕਿਦਮ ਆ ਗਏ। ਇਹ ਗਰੋਹ ਆ ਬਹੁਤ ਵੱਡਾ ਜਿਹਨਾਂ ਨੇ ਦਿਹਾਤੀ ਨੂੰ ਲੁੱਟਿਆ। ਇਹ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾ ਸੀਗਾ, ਔਰ ਸ਼ਿਤਰਾਣੇ ਨੂੰ ਟਿਕਟ ਮੰਗਦਾ ਸੀ ਪਟਿਆਲੇ ਤੋਂ। ਪਿਛਲੀ ਵਾਰੀ ਇਹਦੇ ਬੋਰਡ ਉੱਥੇ ਕਾਂਗਰਸ ਦੇ ਲੱਗੇ ਸੀ, ਇੱਥੇ ਅਕਾਲੀ ਦਲ ਦੇ ਲੱਗੇ ਸੀ, ਰਾਤੇ ਰਾਤ ਅਕਾਲੀ ਦਲ 'ਚ ਆ ਗਿਆ ਸੀ ਪੈਸੇ ਦੇ ਕੇ। ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਪਾਰਟੀ 'ਚੋਂ ਕੱਢਤਾ ਸੀ। ਸੁਖਬੀਰ ਸਿੰਘ ਬਾਦਲ ਬੋਲਿਆ ਸੀ ਵੀ 3 ਕਰੋੜ ਦੀ ਠੱਗੀ ਇਹਨੇ ਸਾਡੇ ਲੋਕਾਂ ਦੇ ਨਾਲ ਮਾਰੀ ਆ, ਅਕਾਲੀਆਂ ਨਾਲ ਦਿਹਾਤੀ ਦੇ ਨਾਲ, ਔਰ 10 ਕਰੋੜ ਦੀ ਠੱਗੀ ਬਠਿੰਡੇ ਦੇ ਲੋਕਾਂ ਨਾਲ ਜਿਹੜੇ ਬੋਲਦੇ ਨਹੀਂ, ਮਾਰੀ ਕਿਹਦੇ ਨਾਂ 'ਤੇ ਆ? ਇਹਦੀ ਘਰ ਵਾਲੀ DIG ਆ, ਇਹਦੇ ਘਰ ਵਾਲੀ DIG ਆ ਨੈਸ਼ਨਲ ਐਸੀ ਕਮਿਸ਼ਨ 'ਚ, ਔਰ ਇਹਦੀ ਭੈਣ IAS ਆ, ਔਰ ਇਹਦਾ ਜਿਹੜਾ ਜੀਜਾ ਗਾ ਉਹ IPS ਆ ਹਰਿਆਣੇ 'ਚ, ਜਿਹੜਾ ਇਕਬਾਲ ਪ੍ਰੀਤ ਸੋਤਾ ਹੁੰਦਾ ਸੀਗਾ ਆਪਣੇ DGP, ਉਹ ਇਹਦੇ ਘਰ ਵਾਲੀ ਅਤੇ ਚਾਚੇ ਦਾ ਮੁੰਡਾ ਗਾ। ਉਹਨਾਂ ਦੇ ਇਹਦਾ ਪਿਓ ਆ ਜਿਹੜਾ ਉਹ ਇਨਕਮ ਟੈਕਸ ਦਾ ਕਮਿਸ਼ਨਰ ਰਿਹਾ ਗਾ, ਔਰ ਉਹਨਾਂ ਲੋਕਾਂ ਦਾ ਨਾਂ ਵਰਤ ਕੇ ਨੇ ਵੀ ਮੈਂ ਤੁਹਾਨੂੰ ਫਾਸਟ ਟੈਗ ਲਵਾ ਦੂੰਗਾ, ਇਹਦਾ ਠੇਕਾ ਦਵਾ ਦੂੰਗਾ, ਉਹ ਕਰ ਦੂੰਗਾ। ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਇਲੈਕਸ਼ਨ ਦੇ ਦੌਰਾਨ, ਅਸੀਂ ਬਹੁਤ ਬੋਲਦੇ ਰਹੇ ਹਾਂ, ਔਰ ਇਲੈਕਸ਼ਨ ਦੇ ਦੌਰਾਨ ਸਾਡਾ ਪਿੰਡ ਹੈਗਾ ਰਾਇਕੇ ਕਲਾਂ, ਰਾਇਕੇ ਖੁਰਦ ਪਿੰਡ, ਸੰਗਤ ਮੰਡੀ ਦਾ ਪਿੰਡ, ਪਥਰਾਲੇ ਦੇ ਪਿੰਡ, ਡੂੰਬਾਲੀ ਦੇ, ਇਹਨਾਂ ਸਾਰੇ ਬੰਦਿਆਂ ਨੇ ਇਹਦੇ ਘਰ ਦੇ ਮੂਹਰੇ ਕਿਸਾਨਾਂ ਨੇ ਧਰਨਾ ਲਾਇਆ ਸੀ ਵੀ ਸਾਡੇ ਪਹਿਲਾਂ ਪੈਸੇ ਦੇ, ਤੁਹਾਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ। ਕਈ ਪਿੰਡ 'ਚ ਇਹਨੂੰ ਵੜਨ ਨਹੀਂ ਦਿੱਤਾ ਗਿਆ, ਪਰ ਕੀ ਸੀ ਐਤਕੀ ਲਹਿਰ ਸੀ ਇਹਨਾਂ ਦੀ ਝਾੜੂ ਵਾਲਿਆਂ ਦੀ। ਰਤਨ ਜੀ, ਹੁਣ ਵਿਜੀਲੈਂਸ ਜਿਹੜੀ ਆ ਪੁੱਛਗਿੱਛ ਕਰ ਰਹੀ ਹੈ, ਤੁਹਾਡੀ ਜਦੋਂ ਸਰਕਾਰ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਕੀਤਾ, ਤੇ ਫਿਰ ਉਸ ਸਮੇਂ ਇਹਨਾਂ ਨੂੰ ਰਿਟੇਨ ਕਿਉਂ ਨਹੀਂ ਕੀਤਾ ਗਿਆ? ਦੇਖੋ, ਇਹ ਤਾਂ ਜਿਹੜਾ ਸੀ ਅਕਾਲੀ ਦਲ ਨੇ, ਅਕਾਲੀ ਦਲ ਨੇ ਦੱਸਿਆ ਜੇ ਲੋਕ ਬੁਰੇ ਆਉਣ ਤਾਂ ਲੋਕਾਂ ਨੂੰ ਡਰਾ ਲਏ ਨੇ, ਲੋਕਾਂ ਨੂੰ ਡਰਾਇਆ। ਮੈਂ ਤਾਂ ਇਲੈਕਸ਼ਨ ਦੌਰਾਨ ਬੋਲਦਾ ਰਿਹਾ, ਇਹਦੇ ਚਾਚੇ ਦਾ ਮੁੰਡਾ ਇਹਦੇ ਨਾਲ ਇਲੈਕਸ਼ਨ 'ਚ ਹੁੰਦਾ ਸੀ, 61,000 ਨਸ਼ੇ ਦੀਆਂ ਗੋਲੀਆਂ ਲੈਣ ਗਿਆ ਸੀ ਰਾਜਸਥਾਨ 'ਚ ਐਤਕੀ ਇਲੈਕਸ਼ਨ ਦੌਰਾਨ।
और ओनू पुलिस ने फड़ लिया राजस्थान दे नू, ओ शायद अजे भी राजस्थान की जेल ठोका मिलना था। क्यों लड़ गया सी? जिहड़े नाल दे बंदे सी मुंडे नौजवान उन्होंने शाम नू गोलियां नशे दियां बरसाउंदा सी जिहड़े नाल तुरी फिरदे सी। तुसीं हुण तक जिहड़ी कारवाई कीती गई है तुसीं किवें वेख रहे हो विजिलेंस दी जां पंजाब? देखो विजिलेंस दी कारवाई साडा कांग्रेस पार्टी दा दबाअ, इहनां इंसाफ पसंद लोकां दा दबाअ, दिहाती हल्के दे दबाअ दे कारण इहनू रात अरैसट कीता गया और बहुत चंगा कीता गया। जे इही काम साडे कांग्रेस वाले अकाली दल वाले बीजेपी वाले जे फिरोजपुर च कर लैंदे ना ते सरारी भी चक्या जांदा, जे इही काम मानसा वाले कर लैंदे सारियां पार्टियां इकट्ठियां हो के मानसा भी कर लैंदे। सुखबीर बादल नूं चार दिन हो गए, आ बलकार इहनां दा हैगा मिन्नता करदे नूं, तां तुहाडा जिहड़ा हैगा प्रकाश पट्टी धरना वाला धरना नहीं लग्गिया उहनां तों, ते आ सरूप चंद सिंगला ते भी दबाव पै गया। एक दिन बोलिया बीजेपी नहीं बोली, लत्तां भार नहीं चलदियां लोकां दियां जिन्हां ने करप्शन कीती हुंदी है ना, मैं किसी पार्टी का किसी भी पार्टी का होवे बेशक साडी पार्टी का बंदा हैगा, बेशक साडी पार्टी का बंदा गा, तुसीं कोई 6 महीने का बकवा तू तो रंग ला ला छड्डी जांदा, 15 दिनां बाद अगले जमानत आ जांदे बाहर, 20 साल केस चलूगा, लोग मर जाणगे, प्रॉपर्टियां उहदे घर वालिआं कोल रहि जाणगीआं पिछे। तुसीं कोई 1 साल 6 महीने साल हो गया सरकार बणी नूं, किसे दसो किसे नूं कोई इहनां ने कोई रिकवरी कीती आ? ਤੁਸੀਂ ਜਿਹੜੇ ਮਹਿਲ ਬਣਾਏ ਇਹਨਾਂ ਨੇ ਵੱਡੇ ਵੱਡੇ, ਇਹਨਾਂ ਨੇ ਲੋਕਾਂ ਨੂੰ ਲੁੱਟਿਆ, ਅਕਾਲੀਆਂ ਨੇ ਲੁੱਟਿਆ, ਕਾਂਗਰਸ ਨੇ ਲੁੱਟਿਆ, ਝਾੜੂਆਂ ਨੇ ਲੁੱਟਿਆ ਗਾ, ਢਾਹ ਦੋ ਮਹਿਲ ਬਡੋਜਰਾਂ ਦੇ ਜਾ ਕੇ ਉਹਨਾਂ ਦੇ। ਪਹਿਲਾਂ ਦੀਆਂ ਸਮੇਂ ਦੀਆਂ ਸਰਕਾਰਾਂ ਰਹੀਆਂ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਪਰ ਇਸ ਦੇ ਵਿੱਚ ਮਸਲੇ ਇਹ ਰਹੇ ਨੇ ਕਿ MLA ਸੱਤਾਧਾਰੀ ਦੇ ਉੱਤੇ ਕਿਤੇ ਅੱਜ ਤੱਕ ਕਾਰਵਾਈ ਨਹੀਂ ਹੋਈ, ਪਰ ਇਹ ਸਰਕਾਰ ਕਰ ਰਹੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਭਾਜੀ ਬਹੁਤ ਵਧੀਆ, ਅਸੀਂ ਕਹਿੰਦੇ ਇਹਨੂੰ ਜੇ ਕਾਰਵਾਈ ਕਰ ਰਹੀ ਹੈ, ਪਰ ਕਾਰਵਾਈ ਕਰੇ ਸਰਾਰੀ ਨੂੰ ਵੀ ਚੱਕੇ, ਉਹਨੂੰ ਵੀ ਚੱਕੇ, ਵਿਜੇ ਸਿੰਘਲੇ ਨੂੰ, ਇਹਨਾਂ ਨੂੰ ਪਾਰਟੀਆਂ ਚੋਂ ਕੱਢੇ, ਪਾਰਟੀ ਚੋਂ ਕੱਢ ਕੇ ਇਹਨਾਂ ਦਾ ਅਸਤੀਫਾ ਲਵੇ, MLAship ਤੋਂ ਅਸਤੀਫਾ ਲਵੇ। ਉਹ ਤਾਂ ਹੁਣ ਸਰਾਰੀ ਵੀ ਮੀਟਿੰਗਾਂ ਕਰਦਾ ਫਿਰਦਾ ਗਾ, ਵਿਜੇ ਸਿੰਘਲਾ ਵੀ ਕਰਦਾ ਫਿਰਦਾ, ਦਸਾਂ ਦਿਨ ਵੀ ਕਰਨ ਲੱਗ ਜੂ ਮੀਟਿੰਗਾਂ ਬਾਹਰ ਨਿਕਲ ਕੇ, ਕਰਦੀ ਤਾਂ ਕੁਛ ਨਹੀਂ ਰਿਹਾ ਇਹ। ਸਾਡੀ ਮੰਗ ਇਹ ਆ ਵੀ ਇੱਕ ਤਾਂ ਇਹਦੇ ਨਾਲ ਜਿਹੜਾ ਗਰੋਹ ਆ ਬਹੁਤ ਵੱਡਾ ਹੈ, 20-25 ਬੰਦਿਆਂ ਦਾ, ਇੰਡੀਆ ਲੈਵਲ ਦੇ ਬੰਦੇ ਸਾਰੇ ਨਾਲ ਆ ਇਹਦੇ, ਉਹਨਾਂ ਸਾਰਿਆਂ ਨੂੰ ਬੇਨਕਾਬ ਕੀਤਾ ਜਾਵੇ ਔਰ ਇਹਦਾ ਜਿਹੜਾ ਘਰ ਮਹਿਲ ਬਣਾ ਰਿਹਾ ਗਾ ਉਹਨੂੰ ਬਲਡੋਜ਼ਰ ਨਾਲ ਜਾ ਕੇ ਢਾਵੇ, ਜਿਵੇਂ ਉਹ ਢਾਏ ਲਤੀਫਪੁਰੇ ਵਾਲੇ, ਸਾਰਾ ਸ਼ਾਮ ਲਾੜ ਚੈੱਕ ਕਰ ਲਏ, 4555 ਨੰਬਰ ਖਸਰਾ ਗਾ, ਠੀਕ ਆ। ਜਿਹੜੇ ਇਹਦੇ ਨਾਲ ਹੋਰ ਕਾਰੋਬਾਰੀ ਕਰਦੇ ਆ ਸਾਰਿਆਂ ਨੂੰ ਅਰੈਸਟ ਕਰਾ ਕੇ, ਬਹੁਤ ਵੱਡਾ ਇੱਕ ਸਕੈਂਡਲ ਨਿਕਲੂਗਾ ਜਿਹੜਾ ਮਿਲੇ ਨਹੀਂ ਹੋਣਾ ਸਾਡੀ ਰਿਪੋਰਟ।